ਤਰਨ ਤਾਰਨ ਹਾਦਸਾ ਪੀੜਤਾਂ ਦੀ ਸਾਰ ਲੈਣ ਦੇ ਲਈ ਇਸ ਸਮੇਂ ਸਿਵਲ ਹਸਪਤਾਲ ਤਰਨ ਤਾਰਨ ਦੇ ਵਿੱਚ ਅਕਾਲੀ ਦਲ ਤੋਂ ਵਿਰਸਾ ਸਿੰਘ ਵਲਟੋਆ ਸਾਡੇ ਨਾਲ ਹਾਜ਼ਰ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ ਕਿਵੇਂ ਦੀ ਜਿਹੜੀ ਪੁਜੀਸ਼ਨ ਹੈਗੀ ਆ ਹੁਣ ਆਪਾਂ ਜੇਕਰ ਗੱਲ ਕਰੀਏ ਤਾਂ? ਦੇਖੋ, ਜਿਹੜਾ ਹਾਦਸਾ ਵਾਪਰਨਾ, ਜਿਸ ਰੂਪ 'ਚ ਵਾਪਰਿਆ ਹੈ, ਜਿਸ ਕਦਰ ਨੁਕਸਾਨ ਹੋਇਆ, ਛੋਟੇ ਛੋਟੇ ਬੱਚੇ ਹੈ, ਅਜੇ ਜਵਾਨੀ 'ਚ ਪੈਰ ਧਰਨ ਡਿਆ, ਦੋ ਤੁਰ ਗਏ, ਦੋ ਤਿੰਨ ਸੀਰੀਅਸ ਨੇ, ਮਹਾਰਾਜ ਉਹਨਾਂ ਨੂੰ ਤੰਦਰੁਸਤੀ ਬਖਸ਼ੀ ਛੇਤੀ, ਬਾਕੀ ਜ਼ਖਮੀ ਨੇ, ਹਰੇਕ ਨੂੰ ਹਿਲਾ ਕੇ ਰੱਖ ਦਿੱਤਾ, ਖੰਭਾ ਕੇ ਰੱਖ ਦਿੱਤਾ। ਮਤਲਬ ਮੇਰਾ ਨਹੀਂ ਖਿਆਲ ਕਿ ਜਿੰਨੇ ਵੀ ਸੁਣਿਆ ਹੈ, ਪਾਸੇ ਤੁਸੀਂ ਸੋਚੋ ਵੀ ਇਹ ਬੱਚੇ ਜਦੋਂ ਘਰੋਂ ਨਿਕਲੇ ਹੋਣਗੇ, ਕਿਹੜੇ ਚਾਅ ਨਾਲ, ਕਿਹੜੀ ਖੁਸ਼ੀ ਨਾਲ, ਕਿਹੜੇ ਉਤਸ਼ਾਹ ਨਾਲ, ਕਿਸ ਸ਼ਰਧਾ ਦੇ ਨਾਲ ਕਿ ਅੱਜ ਅਸੀਂ ਬਾਬਾ ਜੀ ਦੀਆਂ ਖੁਸ਼ੀਆਂ ਲੈਣ ਚੱਲੇ ਹਾਂ। ਇਸ ਤਰ੍ਹਾਂ ਦਾ ਹਾਦਸਾ ਵਾਪਰ ਜੇ ਤਾਂ ਬੱਚੇ ਦੁਨੀਆਂ ਤੋਂ ਤੁਰ ਜਾਣ, ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਸ਼ਬਦ ਨਹੀਂ ਹੈਗੇ, ਬਹੁਤ ਦੁੱਖ ਦੀ ਘੜੀ। ਕਿਸ ਤਰ੍ਹਾਂ ਦੀ ਅਣਗਹਿਲੀ ਕੋਈ ਲੱਗਦੀ? ਅਣਗਹਿਲੀ ਦੇਖੋ, ਅਣਗਹਿਲੀ ਤਾਂ ਹੈਗੀ, ਇਹਨਾਂ ਵਿਚਾਰੇ ਬੱਚਿਆਂ ਨੂੰ ਤਾਂ ਪਤਾ ਨਹੀਂ ਅਸੀਂ ਮੌਤ ਚੁੱਕੀ ਫਿਰਦੇ, ਨਾਲ ਬਰੂ ਚੁੱਕੀ ਫਿਰਦੇ, ਇਹ ਮੌਤ ਹੈ ਸਾਡੇ ਵੱਲ। ਇਹ ਤਾਂ ਪ੍ਰਸ਼ਾਸਨ ਦਾ ਫਰਜ਼ ਬਣਦਾ, ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਹੈ, ਜਿਨ੍ਹਾਂ ਦੀ ਨਿਗਾਹ ਦੇ ਥੱਲੇ ਏਡਾ ਵੱਡਾ ਨਗਰ ਕੀਰਤਨ ਨਿਕਲ ਰਿਹਾ ਆ, ਔਰ ਆਤਿਸ਼ਬਾਜ਼ੀ ਹੋ ਰਹੀ ਹੈ, ਆਤਿਸ਼ਬਾਜ਼ੀ ਕੀ ਲੱਦੀ ਫਿਰਦੇ ਆ, ਕੀ ਹੈਗਾ ਆ, ਕੀ ਕਰ ਰਹੇ ਨੇ, ਇਹ ਪ੍ਰਸ਼ਾਸਨ ਨੇ ਦੇਖਣਾ, ਪ੍ਰਬੰਧਕਾਂ ਦੀ ਵੀ। ਮੈਂ ਤਾਂ ਮਹਿਸੂਸ ਕਰੂੰਗਾ ਕਿ ਉਹਨਾਂ ਦੀ ਵੀ ਅਣਗਹਿਲੀ ਹੈਗੀ ਹੈ, ਪਰ ਕਿਉਂਕਿ ਅੱਗੇ ਵੀ ਆਪਾਂ ਦੇਖਦੇ ਹਾਂ ਕਿ ਨਗਰ ਕੀਰਤਨਾਂ 'ਚ ਜਾਂ ਜਿਹੜੇ ਅਜਿਹੇ ਧਾਰਮਿਕ ਸਮਾਗਮ ਹੁੰਦੇ, ਉਹਨਾਂ 'ਚ ਆਤਿਸ਼ਬਾਜ਼ੀ ਹੁੰਦੀ ਹੈ, ਪਰ ਅੱਗੇ ਵਾਸਤੇ ਸਬਕ ਹੋ ਗਿਆ। ਇਹਦੇ ਬਾਰੇ ਸਰਕਾਰ ਨੂੰ ਵੀ ਕਦਮ ਚੁੱਕਣਾ ਚਾਹੀਦਾ ਕਿ ਇਹਦੇ ਉੱਤੇ ਸਖਤੀ ਨਾਲ ਪਾਬੰਦੀ ਚਾਹੀਦੀ ਹੈ, ਔਰ ਪ੍ਰਬੰਧਕਾਂ ਨੂੰ ਧਿਆਨ ਰੱਖਣਾ ਚਾਹੀਦਾ ਅਤੇ ਪ੍ਰਸ਼ਾਸਨ ਨੂੰ ਧਿਆਨ ਰੱਖਣਾ ਚਾਹੀਦਾ ਕਿ ਅਜਿਹੇ ਫੁੱਲਾਂ ਵਰਗੇ ਨੌਜਵਾਨ ਜਿਹੜੇ ਅੱਜ ਤੁਰ ਗਏ ਨੇ, ਜੋ ਮਾਪਿਆਂ 'ਤੇ ਬੀਤ ਰਹੀ ਹੈ ਜਾਂ ਜਿਨ੍ਹਾਂ ਦੀ ਸਾਂਝ ਹੈ, ਔਰ ਮੇਰਾ ਖਿਆਲ ਕਿ ਸੱਤ ਬਗਾਨਿਆਂ ਨੇ ਵੀ ਇਹਦੇ ਉੱਤੇ ਦੁੱਖ ਦਾ ਪ੍ਰਗਟਾਵਾ। ਕਿਉਂਕਿ ਅਜਿਹੇ ਜਦੋਂ ਘਟਨਾਕ੍ਰਮ ਵਾਪਰਦੇ ਨੇ ਤਾਂ ਕਿਸੇ ਨਾ ਕਿਸੇ ਘਰ ਦਾ ਚਿਰਾਗ ਜਿਹੜਾ ਹੈਗਾ ਵਾ ਜਦੋਂ ਬੁੱਝ ਜਾਂਦਾ ਹੈਗਾ ਵਾ, ਤਾਂ ਅਜਿਹੇ ਮਾਮਲੇ ਬਿਆਨ ਕਰਨੇ ਬਹੁਤ ਔਖੇ ਹੋ ਜਾਂਦੇ ਨੇ। ਡੇਲੀ ਪੋਸਟ ਪੰਜਾਬੀ ਦੇ ਲਈ ਗੁਰਦਰਸ਼ਨ ਸਿੰਘ ਪ੍ਰਿੰਸ ਦਰਤਾ।